ਤੇ ਬੰਗਵਾਂ ਦੀਆਂ ਮੰਡੀਆਂ ਦੇ ਆੜ੍ਹਤੀਆਂ ਦੇ ਤੇ ਕਿਸਾਨਾਂ ਦੇ ਪੈਸੇ ਝੋਨੇ ਦੇ ਉਹ ਲਗਭਗ 86 ਲੱਖ ਰੁਪਈਆ ਜਿਹੜਾ ਫਸਿਆ। ਤਾਂ ਹੁਣ ਸਰ ਬਹਾਨੇਬਾਜ਼ੀ ਆ ਕਿ ਸਾਡੇ ਕੋਲ ਪੈਸੇ ਕਿਸ ਮਹਿਕਮੇ ਚ ਲਿਆ ਕੇ ਪਾਉਣੇ ਨਾ ਕਿੱਦਾਂ ਪਾਉਣੇ ਨਾ, ਇਹੀ ਬਹਾਨੇਬਾਜ਼ੀ ਆ। ਪਰ ਪੈਸੇ ਸਰਕਾਰ ਕੋਲ ਕਿਹੜੇ ਪੈਸੇ ਨਹੀਂ ਹੈਗੇ, 94 ਲੱਖ ਦੀ ਗੱਲ ਹੈ ਸਰ। ਮਹਿਕਮਾ ਛੇਤੀ ਤੋਂ ਛੇਤੀ ਸਾਡਾ ਜਿਹੜਾ ਪੈਸਾ ਵਾ ਕਿਸਾਨਾਂ ਦਾ ਉਹ ਸਾਡੇ ਖਾਤਿਆਂ ਵਿੱਚ ਪਾ ਦੇ। ਅਸੀਂ ਇੱਥੇ ਕੋਈ ਸੌਂਕ ਨਾ ਜਾਂ ਚਾਰ ਨੂੰ ਨਹੀਂ ਧਰਨਾ ਲਾ ਕੇ ਬੈਠੇ, ਆਪਾਂ ਮਜਬੂਰੀ ਨੂੰ ਆਪਣੀ ਰੋਣਾ ਰੋਣ ਡਿਆ ਇੱਥੇ ਪੰਸਬ ਦੇ ਸਾਹਮਣੇ। ਤੇ ਜਿੱਦਣ ਹੀ ਸਾਡੇ ਖਾਤਿਆਂ ਵਿੱਚ ਪੈਸੇ ਪੈ ਜਾਣ ਉਦਣ ਹੀ ਸਾਡਾ ਧਰਨਾ ਬੰਦ ਆ। ਮੈਂ ਤਰਲੋਕ ਸਿੰਘ ਕਿਸਾਨ ਜ਼ਿਲ੍ਹਾ ਪ੍ਰਧਾਨ ਬ੍ਰਹਮਪੁਰ, ਅੱਜ ਪੰਸਬ ਦੇ ਸਾਹਮਣੇ ਸਾਨੂੰ ਤੀਜਾ ਦਿਨ ਹੈ ਇਹ ਲਗਾਤਾਰ ਧਰਨਾ। ਚਲੋ ਅੱਜ ਤੋਂ 2 ਸਾਲ ਪਹਿਲਾਂ ਵਿੱਚੇ ਦੰਗਲ ਅਤੇ ਬੰਗਵਾਂ ਦੀਆਂ ਮੰਡੀਆਂ ਦੇ ਆੜ੍ਹਤੀਆਂ ਦੇ ਅਤੇ ਕਿਸਾਨਾਂ ਦੇ ਪੈਸੇ ਝੋਨੇ ਦੇ ਉਹ ਲਗਭਗ 86 ਲੱਖ ਰੁਪਈਆ ਜਿਹੜਾ ਫਸਿਆ। ਜਿਹੜੇ ਪਰਚੇ ਬਣੇ ਸੀ ਆੜ੍ਹਤੀਆਂ ਅਤੇ ਚਾਹੇ ਉਹਨਾਂ ਦੇ ਇੰਸਪੈਕਟਰ ਸੀ, ਪਰਚੇ ਖਾਰਜ ਹੋ ਗਏ, ਦੁਬਾਰਾ ਇਨਕੁਆਇਰੀ ਹੋਈ। ਲੇਕਿਨ 2 ਸਾਲ ਤੋਂ ਸਾਡੇ ਕਿਸਾਨਾਂ ਦੇ ਪੈਸੇ ਜਿਹੜਾ ਮਿਹਨਤ ਕਰਕੇ ਖੇਤੀ ਦੇ ਵਿੱਚ ਝੋਨਾ ਪੈਦਾ ਕਰਕੇ ਮੰਡੀ 'ਚ ਖੜਿਆ, ਮੰਡੀ 'ਚ ਤਲਾਈ ਕਰਾ ਕੇ, ਆੜ੍ਹਤੀ ਨੇ ਸਫਾਈ ਕਰਾ ਕੇ, ਟੱਕਾਂ ਉੱਤੇ ਲਗਾਈ ਕਰਾ ਕੇ, ਸ਼ੈਲਰ ਦੇ ਵਿੱਚ ਵਿੱਚੇ ਨੰਗਰ ਭੇਜ ਦਿੱਤਾ, ਉਹਦੀ ਪਹੁੰਚ ਆੜ੍ਹਤੀਆਂ ਕੋਲ ਆ ਗਈ। ਉਹਨਾਂ ਵਿਚਾਰਿਆਂ ਦਾ ਕੋਈ ਦੋਸ਼ ਨਹੀਂ ਆ, ਪਰਚਾ ਉਹਨਾਂ ਦੇ ਉੱਤੇ ਹੋਣਾ ਚਾਹੀਦਾ, ਸ਼ੈਲਰਾਂ ਦੇ ਉੱਥੇ ਕੋਈ ਗੜਬੜ ਆਇਆ। ਪਰ ਇਹਨਾਂ ਲੋਕਾਂ ਨੂੰ ਕਿਉਂ ਖੱਜਲ ਕੀਤਾ ਜਾ ਰਿਹਾ? ਇਸ ਕਰਕੇ ਅਸੀਂ ਆਪਣੀ ਕਿਰਤੀ ਕਿਸਾਨ ਯੂਨੀਅਨ ਨੂੰ ਲਗਾਤਾਰ ਧਰਨਾ, ਜਿੰਨਾ ਚਿਰ ਪੈਸੇ ਨਹੀਂ ਵਾਪਸ ਕਰਦੇ ਉਹਨਾਂ ਚਿਰ ਅਸੀਂ ਇਹ ਧਰਨਾ ਜਿਹੜਾ ਲਗਾਤਾਰ ਚੱਲਦੇ ਰਹੇਗਾ। ਅੱਜ ਅਸੀਂ ਮੈਡਮ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਪੰਸਦ ਦੀ, ਉਹਦਾ ਪੁਤਲਾ ਫੂਕ ਰਹੇ ਹਾਂ। ਇਹ ਧਰਨਾ ਅਸੀਂ ਲਾ ਚੱਲ ਕਟਾਰੂ ਤੱਕ ਘਰ ਵੀ ਲਾ ਕੇ ਆਏ ਸੀ, ਉਹਨੂੰ ਵੀ ਮੰਨਿਆ ਸੀ ਕਿ ਮੈਂ ਥੋੜ੍ਹੇ ਦਿਨਾਂ ਵਿੱਚ ਪੈਸਾ ਵੀ ਇੰਤਜ਼ਾਮ ਕਰਕੇ ਪਵਾ ਦੇਣਾ। ਉਹ ਨਹੀਂ ਪਵਾ ਰਹੇ, ਜਾਣ ਬੁੱਝ ਕੇ ਸਰਕਾਰ ਜਿਹੜੀ ਆ ਸਾਡੇ ਕਿਸਾਨਾਂ ਨੂੰ ਖੱਜਲ ਕਰ ਰਹੀ ਆ। ਇਸ ਕਰਕੇ ਇਹ ਧਰਨਾ ਸਾਡੀ ਜਥੇਬੰਦੀ ਵੱਲੋਂ ਜਿਹੜਾ ਉਹ ਲਗਾਤਾਰ ਜਿੰਨੇ ਦਿਨ ਪੈਸੇ ਨਹੀਂ ਆਉਂਦੇ ਉਹਨਾਂ ਦਿਨ ਚੱਲਦਾ ਰਹੇ। ਇਹ ਪਹਿਲਾਂ ਤਾਂ ਅਸੀਂ ਵੀ ਕਰਚਾ, ਹੁਣ ਪਰਚੇ ਵਾਲੀ ਗੱਲ ਹੋਈ, ਇਨਕੁਆਇਰੀ ਹੋ ਗਈ, 2 SSPs ਨੇ ਇਨਕੁਆਇਰੀ ਕਰਕੇ ਪਰਚੇ 'ਚੋਂ ਕੱਢ ਦਿੱਤਾ। ਤਾਂ ਹੁਣ ਸਰ ਬਹਾਨੇਬਾਜ਼ੀ ਆ ਕਿ ਸਾਡੇ ਕੋਲ ਪੈਸੇ ਕਿਸ ਮਹਿਕਮੇ 'ਚੋਂ ਲਿਆ ਕੇ ਪਾਉਣੇ ਨਾ ਕਿੱਦਾਂ ਪਾਉਣੇ ਨਾ, ਇਹੀ ਬਹਾਨੇਬਾਜ਼ੀ ਆ। ਪਰ ਪੈਸੇ ਸਰਕਾਰ ਕੋਲ ਕਿਹੜੇ ਪੈਸੇ ਨਹੀਂ ਹੈਗੇ, 94 ਲੱਖ ਦੀ ਗੱਲ ਹੈ ਸਰ। ਕਿੰਨੀ ਪੇਮੈਂਟ ਦਾ ਕਿਸਾਨਾਂ ਦੀ ਤੇ ਕਿੰਨੇ ਕਿਸਾਨ ਨੇ ਇਹਦੇ ਵਿੱਚ? ਕੋਈ 42 ਲੱਖ ਕਿਸਾਨਾਂ ਦੀ ਆ, ਕੁਛ ਮਜ਼ਦੂਰਾਂ ਦੀ ਆ ਤੇ ਕੁਛ ਆੜ੍ਹਤੀਆਂ ਦੀ ਆ, ਟੋਟਲ ਜਿਹੜੀ ਆ 95 ਲੱਖ ਦੀ ਆ। ਕਿੰਨੇ ਕਿਸਾਨ ਨੇ, ਕਿੰਨੇ ਮਜ਼ਦੂਰ ਨੇ? ਇਹ ਕੋਈ 40 ਕਿਸਾਨ ਨੇ, ਬਾਕੀ ਜਿਹੜੀ ਲੇਬਰ ਮੰਡੀ ਦੇ ਵਿੱਚ ਕੰਮ ਕਰਦੀ ਉਹ ਤੇ ਬਾਕੀ ਆੜ੍ਹਤੀ ਨਾ, 3 ਆੜ੍ਹਤੀ। ਮੇਰਾ ਨਾਮ ਰੁਪਿੰਦਰ ਸਿੰਘ ਜੀ, ਰਾਜਨ ਟ੍ਰੇਨਿੰਗ ਕੰਪਨੀ ਫਰਮ ਹੈ ਵਿੱਚੇ ਨੰਗਲ ਜੀ। ਕਿੰਨੀ ਤੁਹਾਡੀ ਪੇਮੈਂਟ ਫਸੀ ਆ ਤੇ ਕਦੋਂ ਤੱਕ ਨਹੀਂ ਮਿਲੀ ਹੈਗੀ? ਸਾਡੀ 20-21 ਦੀ ਪੇਮੈਂਟ ਹੈ ਜੀ, ਸਾਡਾ ਤਕਰੀਬਨ 62 ਲੱਖ ਰੁਪਈਆ ਜੀ, 29 ਲੱਖ ਰੁਪਈਆ ਦੂਜੀ ਬਾਈਆਂ ਦੀ ਮੰਡੀ ਦਾ ਜੀ, ਹਰਪ੍ਰੀਤ ਸਿੰਘ ਦਾ ਜੀ। ਤੇ ਜਦੋਂ ਜਾਂਦੇ ਮਹਿਕਮੇ ਨਾਲ ਗੱਲ ਕਰਨ ਵਾਸਤੇ ਕੀ ਕਹਿੰਦੇ? ਮਹਿਕਮਾ ਤੇ ਪਹਿਲੇ ਸਾਲ ਤੇ ਗੱਲ ਹੀ ਨਹੀਂ ਸੁਣਦਾ ਜੀ, ਮੁਰਗੇ ਜੋ ਸੁਣਨ ਲੱਗੇ ਆ। ਤੇ ਫਿਰ ਜੇ ਮੈਡਮ ਕੋਲ ਜਾਂਦੇ ਆ, MD ਸਾਹਿਬ ਕੋਲ ਚੰਡੀਗੜ੍ਹ, ਉਹ ਆਂਦੇ ਕਟਹਿਰੀ ਚੱਕ ਕੋ ਫਾਈਲ ਚਲ ਗਈ ਹੈ, ਮੈਂ ਸਾਰਾ ਫਾਈਲ ਨੂੰ ਵਾਚ ਲਿਆ ਵਾ, ਉਹਨਾਂ ਦੇ ਸਾਈਨ ਹੋਣ ਦੀ ਪੇਮੈਂਟ ਹੋਣੀ ਹੈ। ਕਟਹਿਰੀ ਚੱਕ ਕੋ ਸਾਹਿਬ ਕੋ ਜਾਈਦਾ, ਉਹ ਆਂਦੇ ਜੀ ਪੰਸਦ ਮਹਿਕਮੇ ਦਾ ਕੰਮ ਆ, ਗੁਰਦਾਸਪੁਰ ਲੋਕਲ ਜਿਹਨਾਂ ਤੁਹਾਡੀ ਖਰੀਦ ਕੀਤੀ ਆ। ਮੇਰਾ ਇਹਦੇ ਵਿੱਚ ਨਹੀਂ ਆ ਕੋਈ ਰੋਲ, ਇਹੀ ਚੱਕਰ ਮੈਂ 18 ਚੱਕਰ ਕੋਈ MD ਮੈਡਮ ਕੋਲ ਚੰਡੀਗੜ੍ਹ ਮਾਰੇ ਗਏ, ਕੁਝ 5 ਚੱਕਰ ਕਟਹਿਰੀ ਸਾਹਿਬ ਧਰਨਾ ਵੀ ਲਾਇਆ ਉੱਥੇ ਜੀ। ਉਦਣ ਸਾਨੂੰ ਉਹਨਾਂ ਇਹ ਸਵਾਲ ਪਿਆ, ਜਥੇਬੰਦੀ ਸਾਰੀ ਤਾਂ ਭਾਜੀ ਨੂੰ ਨਾਲ ਸੀ ਸਾਰਾ ਪਰਿਵਾਰ, ਜਥੇਬੰਦੀ ਦਾ ਕਿਰਤੀ ਕਿਸਾਨ ਜਿਹਨੇ ਇਹਨਾਂ ਨੂੰ ਦੱਸਿਆ, ਉਹਨਾਂ ਨੂੰ ਕੋਈ ਨੀ।
ਥੋੜੇ ਦਿਨਾਂ ਚ ਕਰ ਦਿੰਦੇ ਆ ਅਸੀਂ। ਕਿੰਨਾ ਸਮਾਂ ਹੋ ਗਿਆ? ਸਮਾਂ ਤਕਰੀਬਨ 3 ਸਾਲ ਤੋਂ ਉੱਤੇ ਹੋ ਗਿਆ। ਜਿਹੜੇ ਆਪ ਜੀ ਪਰਚੇ ਕਿਤੇ ਪਰਚੇ ਖਾਰਜ ਹੋ ਗਏ? ਬਿਲਕੁਲ, ਪਰਚੇ ਖਾਰਜ 2 ਸਾਲ ਹੋ ਗਿਆ ਜੀ। ਇੱਕ ਆਰਤੀ ਤੇ ਪਰਚਾ ਵੀ ਨਹੀਂ ਹੈ ਜੀ, ਹਰਪ੍ਰੀਤ ਸਿੰਘ ਦੇ ਪਰਚਾ ਵੀ ਕੋਈ ਨਹੀਂ ਹੈ, ਨਾ ਕੋਈ ਜ਼ਮਾਨਤ ਤੋਂ ਨਾ ਉਹਨੇ ਕੋਰਟ ਚੋਂ ਕੋਈ ਗੱਲ ਨਹੀਂ ਜਵਾਬ। ਹੁਣ ਕੀ ਮੰਗ ਤੁਹਾਡੀ? ਸਾਡੀ ਮੰਗ ਤੇ ਇਹੋ ਜੀ ਪੈਸੇ ਦਿੱਤੇ ਜਾਣ, ਮੰਗ ਹੋਰ ਇਹਨਾਂ ਕੋਈ ਸਾਡੇ ਨਾਲ ਸਾਡੇ ਆਸ ਹੀ ਕੋਈ ਨਹੀਂ ਇਹਨਾਂ ਕੋਲ ਸਾਨੂੰ, ਇਹਦੇ ਸਾਡੇ ਪੈਸੇ ਦੇ ਦੇਣੇ, ਇਹਨਾਂ ਬੜਾ ਜੀ ਹੋਰ ਇਹਨਾਂ ਕਾ ਜੀ ਆਸ ਰੱਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੋਰਚੇ ਬਾਰੇ ਤੇ ਪਹਿਲਾਂ ਦੱਸ ਦਿੱਤਾ ਸਾਥੀਆਂ ਨੇ, ਤੇ ਆਪਾਂ ਤੇ ਉਹ ਗੱਲ ਕਹਿੰਦੇ ਆ ਕਿ ਮਹਿਕਮਾ ਛੇਤੀ ਤੋਂ ਛੇਤੀ ਸਾਡਾ ਜਿਹੜਾ ਪੈਸਾ ਵਾ ਕਿਸਾਨਾਂ ਦਾ ਉਹ ਸਾਡੇ ਖਾਤਿਆਂ ਵਿੱਚ ਪਾ ਦੇ। ਅਸੀਂ ਇੱਥੇ ਕੋਈ ਸ਼ੌਂਕ ਨਾ ਜਾਂ ਚਾਹ ਨੂੰ ਨਹੀਂ ਧਰਨਾ ਲਾ ਕੇ ਬੈਠੇ, ਆਪਾਂ ਮਜਬੂਰੀ ਨੂੰ ਆਪਣੀ ਰੋਣਾ ਰੋਂਦੇ ਆ ਇੱਥੇ ਪੰਸਬ ਦੇ ਸਾਹਮਣੇ, ਤੇ ਜਿੱਦਣ ਇਹ ਸਾਡੇ ਖਾਤਿਆਂ ਵਿੱਚ ਪੈਸੇ ਪੈ ਜਾਣ ਉਦਣ ਹੀ ਸਾਡਾ ਧਰਨਾ ਬੰਦ ਆ, ਤੇ ਜੇ ਸਾਡਾ ਪੈਸਾ ਸਾਡੇ ਖਾਤਿਆਂ ਵਿੱਚ ਨਹੀਂ ਆਉਂਦਾ ਤੇ ਅਗਲੇ ਜਿਹੜਾ ਵਾ ਉਹ ਕਾਰਵਾਈ ਜਿਹੜੀ ਆ ਆਪਣੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਿਹੜੇ ਆ ਉਹਨਾਂ ਨਾਲ ਗੱਲਬਾਤ ਕਰਕੇ ਜਦੋਂ ਤੱਕ ਉਹ ਕਹਿਣਗੇ ਉਦੋਂ ਤੱਕ ਜਿਹੜਾ ਸਾਡਾ ਧਰਨਾ ਲਗਾਤਾਰ ਜਾਰੀ ਰਹੂਗਾ।